ਦੇਖੋ ਬਹੁਤ ਦੁੱਖ ਦੀ ਗੱਲ ਹੈ ਕਿ ਜਿਹੜਾ ਇੱਕ ਮੇਨ ਗਵਾਹ ਇੱਕੋ ਇੱਕ ਗਵਾਹ ਉਹਨੂੰ ਵੀ ਕਾਂਗਰਸ ਦੇ ਐਮ ਐਲ ਏ ਨੇ ਅਤੇ ਮੰਤਰੀ ਨੇ ਉਹਨਾਂ ਕਰਤਾ ਆਤਮ ਹੱਤਿਆ ਕਰਨ 'ਤੇ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਆ, ਸਾਜਿਸ਼ ਕਾਂਗਰਸ ਸਰਕਾਰ ਦੀ ਹੈ, ਇਹਦੇ ਸਾਰਾ ਸਾਰਾ ਬਚਾਉਣਾ ਚਾਹੁੰਦੇ ਪੁਲਿਸ ਵਾਲੇ। ਉਹਨੇ ਗਵਾਹ ਨੇ ਆਪ ਕਿਹਾ, ਉਹਦੀ ਵਾਈਫ ਨੇ ਧਰਮਪਤੀ ਨੇ ਆਪ ਕਿਹਾ ਕਿ ਸਾਡੇ ਮੇਰੇ ਹਸਬੈਂਡ ਦੇ ਘਰ ਵਾਲੇ ਨੂੰ ਪ੍ਰੈਸ਼ਰ ਪਾਉਂਦੇ ਰਹੇ ਕਿ ਤੂੰ ਗਵਾਹੀ ਤੋਂ ਮੁੱਕਰ। ਇਸ ਕਰਕੇ ਜੇ ਸਰਕਾਰ ਐਕਸ਼ਨ ਨਹੀਂ ਲੈਂਦੀ ਇਹਨਾਂ ਮੰਤਰੀਆਂ 'ਤੇ ਜਾਂ ਦੋਨੇ ਲੋਕਾਂ 'ਤੇ, ਸ਼੍ਰੋਮਣੀ ਅਕਾਲੀ ਦਲ ਡਿਸਟ੍ਰਿਕਟ ਵਾਈਜ਼ ਧਰਨੇ ਦੇਊਗਾ। ਲੀਗਲ ਜੋ ਲੋੜ ਪਈ ਅਸੀਂ ਕਰਾਂਗੇ, ਜੋ ਕਰਨਾ ਪਏ, ਪਰ ਅਸੀਂ ਪਰਿਵਾਰ ਨੂੰ ਇਨਸਾਫ ਦਵਾਵਾਂਗੇ।